ਆਪਾਂ 7 ਤਰੀਕ ਨੂੰ ਮਿਲੇ ਸੀਗੇ ਨਾ ਜੀ। ਹਾਂਜੀ ਠੀਕ ਆ। ਤੇ ਅੱਜ ਹੋ ਗਈ ਆ ਮੇਰੇ ਖਿਆਲ 10 ਤਰੀਕ ਅੱਜ 10 ਹੋ ਗਏ 3 ਕੁ ਦਿਨ ਹੋ ਗਏ। ਹਾਂਜੀ ਸੱਜੀ ਲੱਤ ਚ ਪੇਨ ਸੀਗੀ। ਹਾਂਜੀ ਸੱਜੀ ਹੁਣ ਠੀਕ ਆ ਉਹ। ਹਾਂਜੀ ਠੀਕ ਆ। चेंज आ पिछली बारी ना तुहाडा सी टू सीगा सी टू इस बारी ठीक आ आपां सी थ्री ते आ। तुहानू पहला नालों किन्ना क चेंज आ हुण अपने आप च? ਚੇਂਜ ਇੱਦਾਂ ਵੀ ਸੱਚ ਮੈਂ ਖੜ੍ਹੇ 'ਤੇ ਦਰਦ ਹੋਈ ਜਾਂਦਾ ਸੀ। ਹਾਂਜੀ ਜਾਂ ਮੈਂ ਪਏ ਰਹਿਣਾ ਪਏ 'ਤੇ ਵੀ ਜਦੋਂ ਇੱਕ ਪਾਸੇ ਨੂੰ ਪਏ ਰਹਿਣਾ 20-25 ਮਿੰਟ ਉਦੋਂ ਦਰਦ ਹੋਣ ਲੱਗਣਾ ਉਹ ਨਹੀਂ ਹੁੰਦਾ ਜੀ। ਅੱਛਾ ਉਹ ਚੀਜ਼ਾਂ ਬੈਟਰ ਹੋ ਗਈਆਂ। ਹਾਂਜੀ ਉਹ ਠੀਕ ਹੋ ਗਈ। ਠੀਕ ਆ। ਚਲੋ ਓਵਰਆਲ ਤੁਸੀਂ ਪਹਿਲੀ ਸੈਟਿੰਗ ਤੋਂ 50-60 ਪੈਸੇ ਠੀਕ ਹੋ? ਹਾਂ ਜੀ ਇਹਨਾਂ ਠੀਕ ਆ। ਬਸ ਮੈਂ ਦਰਦਾਂ ਇੱਥੇ ਹੀ ਗਿਆ ਸੈਟਿੰਗ ਦੇ ਤਾਂ ਵੀ। ਠੀਕ ਆ ਆ ਚੱਕਿਓ ਬਸ 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 ਕਿ ਜਿਹੜੀ ਤੁਹਾਡੀ ਇਨਫੈਕਸ਼ਨ ਆਈ ਆ ਉਹਨੂੰ ਕੰਟਰੋਲ ਕਰ ਲਓ ਉਹਦੇ ਨਾਲ ਤੁਸੀਂ ਕਾਫੀ ਬਿਹਤਰ ਹੋ ਜਾਣਾ। ਦੇਖੋ ਜੀ ਗੱਲ ਇਹ ਹੈ ਕਿ ਬੰਦੇ ਨੂੰ ਪਤਾ ਹੋਣਾ ਚਾਹੀਦਾ ਕਿ ਆਪਾਂ ਸਿਸਟਮ 'ਚ ਜ਼ਿੰਦਗੀ ਜੀਣੀ ਕਿਵੇਂ ਆ। ਜਦੋਂ ਗਿਆਨ ਨਹੀਂ ਹੋਊਗਾ ਨਾ ਬੰਦਾ ਗਲਤ ਤਰੀਕੇ ਨਾਲ ਜੀ ਰਿਹਾ ਹੁੰਦਾ ਤਾਂ ਉਹਨੂੰ ਪਤਾ ਨਹੀਂ ਲੱਗਦਾ। ਗਲਤ ਵੀ ਸਹੀ ਹੋ ਲੱਗਣਾ। ਬਿਲਕੁਲ ਸਹੀ ਕਹਿ ਰਹੇ ਤੁਸੀਂ। ਜਦੋਂ ਪਤਾ ਹੀ ਨਹੀਂ ਅਸੀਂ ਬਹੁਤ ਜਣਿਆਂ ਨੂੰ ਸਮਝਾਉਂਦੇ ਹਾਂ ਜੀ। ਬਟ ਦੇਖੋ ਬਾਕੀ ਤਾਂ ਮੈਂ ਇੱਕੋ ਗੱਲ ਜਾਣਦਾ ਜੀ, ਮੈਂ ਹਰੇਕ ਨੂੰ ਇੱਕੋ ਗੱਲ ਕਹਿੰਦੇ ਹਾਂ ਸਮਾਂ। ਜਿਹਦਾ ਜਦੋਂ ਸਮਾਂ ਬਣਨਾ ਨਾ ਬਸ ਆਪਣੇ ਆਪ ਰੱਬ ਦੀ ਉਹਦੇ 'ਤੇ ਮਿਹਰ ਹੋ ਜਾਣੀ ਆ, ਉਹਨੇ ਠੀਕ ਵੀ ਹੋ ਜਾਣਾ। ਦੇਖੋ ਗੱਲ ਇਹ ਆ ਕਿ ਮੈਂ ਤਾਂ ਕਦੇ ਵੀ ਆਪਦੇ ਵੱਲੋਂ ਕਮੀ ਪੇਸ਼ੀ ਛੱਡਦਾ ਹੀ ਨਹੀਂ, ਕਿਉਂਕਿ ਮੈਂ ਇੱਕੋ ਗੱਲ ਜਾਣਦਾ ਕਿ ਤੁਹਾਨੂੰ ਨਾ ਠੀਕ ਕਰਨ 'ਚ ਮੇਰਾ ਕੋਈ ਫਾਇਦਾ ਨਹੀਂ। ਤੁਸੀਂ ਠੀਕ ਹੋ ਜਾਓਗੇ ਤਾਂ ਮੇਰਾ ਉਹਦੇ 'ਚ ਹੀ ਫਾਇਦਾ। ਠੀਕ ਆ। ਬਾਕੀ ਇਹ ਹੈ ਜੀ ਮੈਂ ਇੱਕ ਗੱਲ ਹੋਰ ਬਹੁਤ ਅਬਜ਼ਰਵ ਕੀਤੀ ਹੈ ਕਿ ਬੰਦੇ ਦੀ ਨੀਤ ਵੀ ਹੋਣੀ ਚਾਹੀਦੀ ਹੈ ਕਿ ਮੈਂ ਠੀਕ ਹੋਣਾ। ਖਾਲੀ ਕਹਿਣ ਨਾਲ ਵੀ ਮੈਂ ਠੀਕ ਹੋਣਾ, ਮੈਂ ਠੀਕ ਹੋਣਾ ਇਹ ਨਹੀਂ ਕੋਈ ਠੀਕ ਹੁੰਦਾ। ਬਹੁਤ ਜਣੇ ਦੀ ਸੋਚ ਇਹ ਹੁੰਦੀ ਹੈ ਕਿ ਮੈਂ ਠੀਕ ਹੋ ਹੀ ਨਹੀਂ ਸਕਦਾ, ਚੱਲ ਅਜਮਾ ਕੇ ਦੇਖ ਲੈਂਦੇ ਹਾਂ। ਉਹ ਗੱਲਾਂ ਤੁਹਾਡੇ ਮਨ 'ਚ ਵੀ ਹੋਣਾ ਚਾਹੀਦਾ। ਬਿਲਕੁਲ। ਮੈਨੂੰ ਆਹ ਦੱਸਿਓ ਇੱਥੇ ਪੇਨ ਕਿਵੇਂ ਹੈਗੀ ਆ? ਆਹ ਜਦੋਂ ਥੱਲੇ S1 ਇਹ ਘਾਟਾ ਨਾ ਆਹੀ ਆ L5 L4 ਇਹ ਵੀ ਠੀਕ ਹੀ ਆ L5 ਅਤੇ C3 ਹਲਕਾ ਰੱਖਿਓ, ਬਸ ਨੂੰ ਨੀਚੇ ਰੱਖੋ, ਸਾਹ ਲਓ ਖਾਲੀ। ਹਾਂਜੀ ਹਾਂਜੀ ਬਿਲਕੁਲ ਖਾਲੀ ਰੱਖਣਾ, ਬਿਲਕੁਲ ਖਾਲੀ ਖਾਲੀ। ਇੱਕ ਵਾਰੀ ਹੋਰ ਸਾਹ ਲਓ ਖਾਲੀ, ਆਊਟ ਹੋ C3 C3 ਕਲੀਅਰ ਆ, L5 L5 ਕਲੀਅਰ ਆ ਜੀ, ਹੁਣ ਕਲੀਅਰ L5 ਓਕੇ 0 ਆ। ਅੱਛਾ ਹੁਣ ਦੇਖਿਓ ਹੁਣ ਮੈਂ ਪਿੱਛੇ ਨੂੰ ਕਰ ਦਿੱਤਾ ਹੁੰਦਾ, ਹੁਣ ਦੱਸੋ ਪੇਨ ਹੈ ਇੱਥੇ? ਨਹੀਂ ਜੁਬਨਜੀ ਦਾ ਨਹੀਂ। ਮੇਰੇ ਦੱਬੇ 'ਤੇ ਪ੍ਰੈਸ਼ਰ ਆ ਰਿਹਾ ਵੈਸੇ,
ਨਹੀਂ ਜੀ ਉਦਾਂ ਨਹੀਂ ਦਰਦ ਨਹੀਂ ਹੁੰਦਾ ਦਰਦ ਨਹੀਂ ਹੁੰਦਾ ਇਹਦਾ ਹੁਣ ਤਾਂ ਜੀ ਹੋਇਆ ਨਹੀਂ ਹੈਗਾ ਜਦੋਂ ਆਪਾਂ ਪਹਿਲੀ ਸੈਟਿੰਗ ਹੋਈ ਹੈ ਜੀ ਉਦੋਂ ਨਹੀਂ ਹੋਇਆ ਹੈਗਾ ਤੇ ਵੈਸੇ ਤਾਂ ਜੇ ਹੁਣ ਮੰਨ ਲਓ ਇੱਕ ਪਾਸੇ ਨੂੰ ਥੋੜ੍ਹਾ ਪੈ ਗਿਆ ਜੀ 10 ਮਿੰਟ ਤਾਂ ਮੈਨੂੰ ਤਾਂ ਸਾਰੀ ਐਂ ਲੱਤ 'ਚ ਵੀ ਦਰਦ ਜਾਂਦਾ ਸੀ ਜੇ ਤੁਰ ਲਿਆ ਹੁਣ ਤੁਰਨਾ ਵੀ ਹੁਣ ਤਾਂ ਇੱਦਾਂ ਕਿ 15 ਮਿੰਟ ਖੜਾ ਰਿਹਾ ਵੈਸੇ ਇੱਥੇ ਦਰਦ ਹੁੰਦਾ ਸੀ ਅੱਛਾ ਬਸ ਆਹੀ ਰਹਿ ਗਿਆ ਹਾਂ ਬਸ ਜੋ ਬਾਕੀ ਕਲੀਅਰ ਸੀ ਹਾਂ ਥੱਲੇ ਵਾਲਾ ਨਹੀਂ ਠੀਕ ਆ ਚਲੋ